This is Channels Television's breaking news. ਅੱਜ ਤੁਹਾਨੂੰ ਦਿਖਾਉਣ ਜਾ ਰਹੇ ਨੇ ਡੇਰਾ ਬਸੀ ਮਸਜਿਦ ਦੇ ਵਿੱਚ ਜਾਗਰੂਕਤਾ ਲਹਿਰ NGO ਵਾਲਿਆਂ ਨੇ ਲਗਾਇਆ ਨਸ਼ਾ ਛਡਾਊ ਕੈਂਪ ਅਤੇ ਮੁਸਲਮਾਨ ਭਾਈਆਂ ਵਾਸਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਅਤੇ ਨਸ਼ੇ ਦੀ ਦਵਾਈਆਂ ਵੀ ਫ੍ਰੀ ਦਿੱਤੀਆਂ ਗਈਆਂ। ਹਾਂਜੀ ਸਰ, ਨਾਮ ਮੈਂ ਕਾਲਾ ਖਾਨ ਡੇਰਾ ਬਸੀ ਜਾਮਾ ਮਸਜਿਦ ਤੋਂ ਬੋਲ ਰਿਹਾ। ਅਸੀਂ ਜਾਮਾ ਮਸਜਿਦ ਡੇਰਾ ਬਸੀ 'ਚ ਖੜ੍ਹੇ ਹਾਂ ਅੱਜ ਜੁਮੇ ਦੀ ਨਮਾਜ਼ ਦੇ ਟਾਈਮ। ਜਾਗਰੂਕਤਾ ਲਹਿਰ ਦੀ ਸਾਡੇ ਇੱਥੇ ਟੀਮ ਆਈ, ਉਹਨਾਂ ਨੇ ਨਾਲ ਲੰਗਰ ਲਾਇਆ, ਨਾਲ ਹੀ ਲੋਕਾਂ ਨੂੰ ਨਸ਼ਾ ਚੜਾਉਣ ਵਾਸਤੇ ਦਵਾਈਆਂ ਦਾ ਵੀ ਇੰਤਜ਼ਾਮ ਸੀ ਉਹ ਵੀ ਕੀਤਾ। ਅਤੇ ਸਾਨੂੰ ਬੜਾ ਅੱਛਾ ਲੱਗਿਆ ਵੀ ਇਹੋ ਜਿਹੇ ਕੰਮ ਪੰਜਾਬ 'ਚ ਹੁੰਦੇ ਰਹਿਣੇ ਚਾਹੀਦੇ। ਬਾਕੀ ਇਹਦੇ 'ਚ ਜੋ ਵੀ ਹੋਏਗਾ ਸਾਡੀ ਕਮੇਟੀ ਵੀ ਜਿੰਨਾ ਵੀ ਹੋਏਗਾ ਇਹਨਾਂ ਦਾ ਸਾਥ ਦੇ ਮੁਸਲਿਮ ਭਾਈਚਾਰੇ ਦੇ ਲੋਕ ਇਹਨਾਂ ਦੇ ਨਾਲ ਜੁੜਨ ਦੇ ਚਾਹਵਾਨ ਔਰ ਸਾਡਾ ਗਰੁੱਪ ਇਹਨਾਂ ਨਾਲ ਜੁੜੇ। ਮੁਸਲਮਾਨ ਭਰਾਵਾਂ ਨੇ ਜਾਗਰੂਕਤਾ ਲਹਿਰ ਵਾਲਿਆਂ ਦਾ ਧੰਨਵਾਦ ਕਰਦੇ ਹੋਏ ਇਹ ਵੀ ਕਿਹਾ ਅੱਜ ਦੇ ਸਮੇਂ ਨੂੰ ਇਹੋ ਜਿਹੇ ਕੰਮਾਂ ਦੀ ਜ਼ਰੂਰਤ ਹੈ। ਕੱਲ੍ਹ ਮੈਂ ਚਲਾ ਵੀ ਜੂੰਗਾ ਜੋ ਬਣਾ ਰਹਾ ਹੂੰ ਚਲਾ ਵੀ ਸਿੰਘ ਨਿਊਜ਼ ਇੰਡੀਆ ਤੋਂ ਮੈਂ ਰਣਜੀਤ ਸਿੰਘ। नमस्कार दोस्तों, स्वागत है आपका हमारे चैनल में। हमारे चैनल को सब्सक्राइब करें और घंटी को जरूर दबाएं।